बिस्मिल्लाहिर्रहमानिर्रहीम। अस्सलाम वालेकुम जी व्यूवरो, की हाल चाल? उम्मीद करने हैं तुसी सारे ठीक ठाक होवोगे, फिट फाट वधिया ते बड़े मज़े च होवोगे। ऐसे उम्मीद दे नाल अपनी अज दी वीडियो व्लॉग शुरू करने हैं ते व्लॉग नूं एंड तक देखो, व्लॉग देखण दा बड़ा मज़ा आएगा। जनाब सियालकोट आए दे हां ते अज साहिब भाई लगे ने खलान अंबियां। जैसा कि तुहानूं सारयां नूं पता गर्मी दा मौसम है ते अजकल अंब जिहड़े ने पै गए ने, अंब जिहड़े है अचार वाले हुंदे ने ते ਜੋ ਛੋਟੇ ਛੋਟੇ ਹੁਣ ਖਾਣ ਦਾ ਬੜਾ ਮਜ਼ਾ ਆਉਂਦਾ। ਅਤੇ ਸਾਹਿਬ ਭਾਈ ਉਤਾਰਨ ਗਏ ਨੇ, ਉਹ ਪਿੱਛੇ ਜੰਗਲ ਆ, ਉੱਥੇ ਅੰਬਾਂ ਦੇ ਦੋ ਤਿੰਨ ਦਰੱਖਤ ਹੈ ਨੇ, ਉੱਥੋਂ ਉਤਾਰਨ ਗਏ ਨੇ। ਅਤੇ ਪਿੱਛੇ ਮਾਸ਼ਾਅੱਲਾ ਹਰਿਆਲੀ ਦੇਖੋ, ਅਸ਼ਟਾਲਾ ਆ ਅਤੇ ਹਰ ਸਾਈਡ 'ਤੇ ਬਿਲਡਿੰਗਾਂ ਹੀ ਬਿਲਡਿੰਗਾਂ ਨੇ, ਫੈਕਟਰੀ ਏਰੀਆ। ਅਤੇ ਅੰਬੀਆਂ ਲਿਆਉਂਦੇ ਨੇ, ਫਿਰ ਖਾਂਦੇ ਹਾਂ, ਤੁਹਾਨੂੰ ਵੀ ਨਾਲ ਚਸ ਕਰਾਉਂਦੇ ਹਾਂ, ਬੜਾ ਮਜ਼ਾ ਆਏਗਾ। ਜਨਾਬ ਇਹ ਦੇਖੋ, ਦੋ ਬੰਦੇ ਗਏ ਦੇ ਹਨ ਅਤੇ ਅੰਬੀਆਂ ਤੋੜ ਕੇ ਲਿਆਏ ਨੇ, ਹੁਣ ਨੇੜੇ ਆਉਂਦੇ ਨੇ, ਅੰਬੀਆਂ ਤੁਹਾਨੂੰ ਦੱਸਣੇ ਆ, ਬੜੀ ਚਸ ਆਏ ਖਾਣ ਦੀ। ਇੱਧਰ ਚੱਲਣੇ ਆ ਖੁੱਲ੍ਹੀ ਜਗ੍ਹਾ 'ਚ। ਸੈਫ ਸਾਹਿਬ ਆਈਓ, ਫਿਰ ਅੱਗੇ ਜਾ ਖਾਂਦੇ ਪੀਂਦੇ ਹਾਂ ਉੱਥੇ। ਫੜ ਜਨਾਬ, ਇਹ ਦੋ ਬਛਿੰਦੇ ਨੇ ਜਿਹੜੇ ਲਾ ਕੇ ਲਿਆਉਣੇ ਆ, ਫੜ ਆ ਲਈ ਅੰਬੀ ਲਾ ਗਿਆ ਵੈ। ਸੈਫ ਸਾਹਿਬ ਆਪਣੇ ਬੂਟਾ ਜਿੱਥੋਂ ਲਾ ਕੇ ਲਿਆਂਦੀਆਂ ਨੇ? ਆਹੋ ਤੂੰ ਲਾ ਕੇ ਲਿਆਂਦੀਆਂ ਨੇ, ਉਹ ਆਪਣੇ ਹੀ ਦਰਖਤ ਹੈ ਯਾਰ, ਆਪਣੇ ਹੀ ਦਰਖਤ ਹੈ। ਮੈਂ ਹੋਰ ਪਿੱਛੇ ਬੱਚੇ ਆਏ ਨੇ, ਕਿੱਥੇ ਚੱਲੇ ਹੋਏ? ਕਿੱਧਰ ਚੱਲ ਜਾ ਮਿਲਾ ਲੈਣਾ। ਮੈਂ ਇਹੋ ਕੰਮ ਨਹੀਂ ਲਾਉਂਦਾ, ਕਈ ਉਹ ਭਾਈ ਆਇਆ ਸੀ, ਉਹ ਬੈਠ ਕਹਿੰਦੇ ਪਏ ਤੋੜ ਲੱਗ ਜਾ ਭਾਜੀ। ਹੁਣ ਨਮਕ ਵੀ ਆ ਗਿਆ, ਮਿਰਚਾਂ ਵੀ ਆ ਗਈਆਂ, ਕਾਲਾ ਲਾ ਕੇ ਖਾਂਦੇ ਹਾਂ। ਕਾਲਾ ਨਮਕ ਵਿੱਚ ਵਿੱਚ ਐਡ ਕਰ ਲੈਣਾ ਸੀ ਕਾਲਾ ਨਮਕ, ਉਹਦੇ ਵੱਖਰੇ। ਮੈਂ ਕੈਚੇ ਤੇ ਟੋਪੀ ਫੜ ਲਿਆਈ ਭਾਜੀ। ਇਹ ਪਿੰਡਾਂ 'ਚ ਅੱਜ ਕੱਲ੍ਹ ਬੜਾ ਮਾਹੌਲ ਹੁੰਦਾ ਅੰਬੀਆਂ ਦਾ, ਪਰ ਇਹ ਕਿ ਸ਼ਹਿਰਾਂ 'ਚ ਵੀ ਹੈ ਵਿਰਲਾ ਵਿਰਲਾ। ਸ਼ਹਿਰਾਂ 'ਚ ਹਰ ਜਗ੍ਹਾ 'ਤੇ ਨਹੀਂ ਹੁੰਦਾ, ਕਿਤੇ ਕਿਤੇ ਤੁਹਾਨੂੰ ਨਜ਼ਰ ਆਉਣਗੀਆਂ ਅੰਬੀਆਂ। ਕਿਉਂ ਸਾਹਿਬ ਸਾਹਿਬ ਇਸ ਤਰ੍ਹਾਂ ਹੀ ਗੱਲ? ਇਸ ਤਰ੍ਹਾਂ ਹੀ ਗੱਲ ਯਾਰ, ਇਹ ਸਾਡਾ ਖੁੱਲ੍ਹਾ ਇਲਾਕਾ, ਚਸ ਕਰਾ ਦਿੰਦੀਆਂ ਵੇਖੋ ਜੀ। ਆਏ ਹਾਏ ਹਾਏ, ਨਮਕ ਨਾਲ ਲਾਈਆਂ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਵਾਹ ਮੁਬੱਸ਼ਰ ਪੁੱਤਰ ਮਾਤਾ ਜੀ ਆ। ਪਰ ਇਹ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ, ਇੱਕ ਜਾਂ ਦੋ, ਕਿਉਂਕਿ ਗਰਮੀ ਦਾ ਮੌਸਮ ਬਹੁਤ ਜ਼ਿਆਦਾ ਗਰਮੀ ਹੈ ਅਤੇ ਫਿਰ ਜਿਹੜਾ ਨਾ ਬੰਦੇ ਦਾ ਜਿਸਮ ਜ਼ਿਆਦਾ ਗਰਮ ਹੋ ਜਾਂਦਾ, ਖੂਨ ਨਿਕਲਣ ਲੱਗ ਪੈਂਦਾ, ਨੱਕ 'ਚੋਂ ਗਰਮੀ ਲੱਗਦੀ ਹੈ, ਦਾਣੇ ਨਿਕਲ ਆਉਂਦੇ ਨੇ, ਅਤੇ ਇੱਕ ਜਾਂ ਦੋ ਖਾਣੀ ਚਾਹੀਦੀ। ਬਾਕੀ ਤੁਸੀਂ ਇਹਦੀ ਅਗਰ ਤੁਸੀਂ ਅੰਬੀਆਂ ਦੀ ਤੁਸੀਂ ਅਗਰ ਚਟਨੀ ਬਣਾਓ ਇੱਕ ਵਾਰ ਟਰਾਈ ਕਰੋ, ਇੰਨੀ ਕੁ ਜ਼ਬਰਦਸਤ ਮਜ਼ੇ ਦੀ ਚਟਨੀ ਬਣੇ। ਕਿਉਂ ਸਾਹਿਬ ਸਾਹਿਬ ਚਟਨੀ ਚਟਨੀ ਆ ਬਹੁਤ ਕਮਾਲ ਦੀ ਬਣਦੀ ਹੈ ਜੀ। ਮੈਂ ਨਾ ਗਰੰਟੀ ਸ਼ੁਦਾ ਗੱਲ ਹੈ, ਤੁਸੀਂ ਦੁਬਾਰਾ ਡੇਲੀ ਦੇ ਡੇਲੀ ਵਾਲੀ ਚਟਨੀ ਬਣਾਓਗੇ, ਇੰਨੀ ਜ਼ਬਰਦਸਤ ਚਟਨੀ ਬਣਦੀ ਹੈ। ਅਤੇ ਇਹ ਤੁਹਾਨੂੰ ਬਾਅਦ ਦੱਸਣ ਲਈ ਮੈਂ ਵੀਡੀਓ ਬਣਾਈ ਹੈ ਕਿ ਅੱਜ ਕੱਲ੍ਹ ਇਹਦਾ ਬਹੁਤ ਹੀ ਮਾਹੌਲ ਅੰਬੀਆਂ ਦਾ ਖਾਣ ਦੀ ਚਸ ਆਉਂਦੀ ਹੈ, ਅਤੇ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਉਸ ਤੋਂ ਇਲਾਵਾ ਜਦੋਂ ਪੱਕ ਜਾਣੇ, ਕੱਚੀ ਹੈ ਵਿੱਚੋਂ, ਪੱਕੇਗੀ ਫਿਰ ਇਹਦਾ ਹੀ ਅਚਾਰ ਪੈਣਾ, ਠੀਕ ਹੈ? ਅਤੇ ਇੱਥੇ ਆਪਣੀ ਵੀਡੀਓ ਦਾ ਐਂਡ ਕਰਨੇ ਆ। ਓਕੇ, ਅੱਲਾ ਹਾਫਿਜ਼। Hey, hey.